ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੀ ਸੇਤੀ ਰਾਤੀ ਸੱਚਾ ਸੁਖ ਸੱਚੀ ਵਡਿਆਈ ਜਿਸ ਕੇ ਸੇ ਦਿਨ ਜਾਤੇ ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕੈ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਕੋਲ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਬਰਤਪਾਲ ਸਿੰਘ ਜੀ ਕਾਂਗਰਸ ਪਹੁੰਚ ਚੁੱਕੇ ਹਨ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਚਾਹ ਪਾਣੀ ਲੰਗਰ ਛਕ ਲਏ ਹਨ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਨ। ਸੋ ਹੁਣ ਆਪ ਜੀ ਨੂੰ ਸੰਤ ਬਾਬਾ ਬਰਤਪਾਲ ਸਿੰਘ ਜੀ ਕਾਂਗਰਸਾਂ ਵਾਲੇ ਠੀਕ 35 ਮਿੰਟ ਵਾਸਤੇ ਕੀਰਤਨ ਦੁਆਰਾ ਨਿਹਾਲ ਕਰਨਗੇ। ਆਪ ਜੀ ਨੇ ਪਿਆਰ ਸਤਿਕਾਰ ਦੇ ਨਾਲ ਕੀਰਤਨ ਸਰਵਣ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਕਰਾਂ ਦੀਆਂ ਗੁੱਜੀਆਂ ਰਮਜਾਨੋਂ ਬੇਸਮਝ ਜਮਾਨਾ ਸਮਝ ਜਮਾਨਾ ਕੀ ਜਾਣੇ ਆਦੀਆਂ ਗੁੱਜੀਆਂ ਰਮਜਾਨ ਨੂੰ ਬੇਸਮਝ ਫਕਰਾਂ ਦੀਆਂ ਗੁੱਜੀਆਂ ਰਮਜਾਨ ਨੂੰ ਬੇਸਮਝ ਜਮਾਨਾ ਕੀ ਜਾਣੇ ਦੀਆਂ ਗੁੱਜੀਆਂ ਰਮਜਾਨ ਨੂੰ ਬੇਸਮਝ ਜਮਾਨਾ ਕੀ ਜਾਣੇ ਸਮਝ ਜਮਾਨਾ ਕੀ ਜਾਣੇ ਬੇਸਮਝ ਜਮਾਨਾ ਕੀ ਜਾਣੇ ਕੀ ਜਾਣੇ ਬੇਸਮਝ ਜਮਾਨਾ ਕੀ ਜਾਣੇ ਫਕਰਾਂ ਦੀਆਂ ਗੁੱਜੀਆਂ ਰਮਜਾਨ ਨੂੰ ਬੇਸਮਝ ਜਮਾਨਾ ਕੀ ਜਾਣੇ ਫਕਰਾਂ ਦੀਆਂ ਗੁੱਜੀਆਂ ਰਮਜਾਨ ਨੂੰ ਬੇਸਮਝ ਜਮਾਨਾ
ਕਰਾਂ ਦੀਆਂ ਗੁੱਜੀਆਂ ਰਮਜਾਂ ਨੂੰ ਬੇਸਮਝ ਜਮਾਨਾ ਕੀ ਜਾਣੇ ਫਕਰਾਂ ਦੀਆਂ ਗੁੱਜੀਆਂ ਬੇਸਮਝ ਜਮਾਨਾ ਕੀ ਜਾਣੇ ਸੰਤਨ ਕੀਰੇ ਨੂੰ ਪਿਆਰੇ ਸੰਤਨ ਕੀ ਸ਼ਰਣਾ ਤੇਰੇ ਅੰਦਰ ਹੈ ਦਿਲ ਫਰਸ਼ ਬਿਛਾਵਾਂ ਮੈਂ ਤੇਰੇ ਰਸਤੇ ਅੰਦਰ ਹੈ ਦਿਲ ਫਰਸ਼ ਬਿਛਾਵਾਂ ਮੈਂ ਸਤਿਗੁਰ ਦੇ ਰਸਤੇ ਅੰਦਰ ਹੈ ਦਿਲ ਫਰਸ਼ ਬਿਛਾਵਾਂ ਮੈਂ ਤੇਰੇ ਰਸਤੇ ਅੰਦਰ ਹੈ ਦਿਲ ਫਰਸ਼ ਬਿਛਾਵਾਂ ਮੈਂ ਹੋਣੇ ਚਰਨ ਤੁਸਾਂ ਦਾ ਜੋੜਾ ਏ ਦੋਏ ਨੈਣ ਬਣਾਵਾਂ ਚਰਨ ਤੁਸਾਂ ਦਾ ਜੋੜਾ ਏ ਦੋਏ ਨੈਣ ਬਣਾਵਾਂ ਮੈਂ ਚਰਨ ਤੁਸਾਂ ਦਾ ਜੋੜਾ ਏ ਦੋਏ ਨੈਣ ਬਣਾਵਾਂ ਮੈਂ ਹੋਣੇ ਚਰਨ ਤੁਸਾਂ ਦਾ ਜੋੜਾ ਏ ਦੋਏ ਨੈਣ ਬਣਾਵਾਂ ਮੈਂ ਹੋਣੇ ਚਰਨ ਤੁਸਾਂ ਦਾ ਜੋੜਾ ਏ ਦੋਏ ਨੈਣ ਬਣਾਵਾਂ ਮੈਂ ਸਤਿਗੁਰ ਤੇਰੇ ਰਸਤੇ ਅੰਦਰ ਸਤਿਗੁਰ ਤੇਰੇ 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 ਰਸਤੇ ਅੰਦਰ ਹੈ ਦਿਲ ਫਰਸ਼ ਬਿਛਾਵਾਂ ਮੈਂ ਤੇਰੇ ਰਸਤੇ ਅੰਦਰ ਹੈ ਦਿਲ ਫਰਸ਼ ਬਿਛਾਵਾਂ ਮੈਂ ਸਗਲ ਦੁਆਰ ਕਾ ਛਾੜ ਕੇ ਗਹਿਓ ਤੁਹਾਰੋ ਦੁਆਰ ਯਾਦ ਅਸ ਗੋਬਿੰਦ ਦਾਸ ਤੁਹਾਰ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਅੱਜ ਆਪਣੇ ਸ਼ਹਿਨਸ਼ਾਹ ਸ਼੍ਰੀ ਹਜ਼ੂਰ ਮਹਾਰਾਜ ਜਿਨ੍ਹਾਂ ਵਰਗਾ ਤਪੀ ਨਹੀਂ ਜਿਨ੍ਹਾਂ ਵਰਗਾ ਹੱਠੀ ਨਹੀਂ ਜਿਨ੍ਹਾਂ ਵਰਗਾ ਤਪੀਸਰ ਨਹੀਂ ਇਹ ਕਲਯੁੱਗ ਦੇ ਵਿੱਚ ਕੋਈ ਨਜ਼ਰ ਹੀ ਨਹੀਂ ਆ ਰਿਹਾ ਸ਼੍ਰੀ ਹਜ਼ੂਰ ਮਹਾਰਾਜ ਧੰਨ ਧੰਨ ਸ਼੍ਰੀਮਾਨ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਖੰਨੇ ਵਾਲੇ ਮਹਾਂਪੁਰਸ਼ਾਂ ਦੀ 21ਵੀਂ ਸਾਲਾਨਾ ਬਰਸੀ ਸਮਾਗਮ 'ਤੇ ਆਪਾਂ ਸਾਧ ਸੰਗਤ ਜੀ ਕੈਂਡ ਆਸ਼ਰਮ ਦੇ ਵਿੱਚ ਸ਼੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਗੁਰਦੀਪ ਸਿੰਘ ਜੀ ਮਹਾਂਪੁਰਸ਼
ਔਰ ਸਾਰੇ ਪ੍ਰਬੰਧਕ ਸੱਜਣਾਂ ਦੇ ਮਹਾਨ ਵੱਡੇ ਉੱਦਮ ਉਪਰਾਲੇ ਸਦਕਾ ਆਪਾਂ ਇਹਨਾਂ ਸਮਾਗਮਾਂ ਦੇ ਵਿੱਚ ਸਿਲਕਤ ਕਰ ਰਹੇਗਾ। ਜਿੱਥੇ ਅਸੀਂ ਆਏਗਾ ਆਪ ਜੀ ਦੇ ਚਰਣਾਂ ਦੇ ਵਿੱਚ ਸਾਡੇ ਨਾਲ ਮਹੰਤ ਬਾਬਾ ਤ੍ਰਿਲੋਚਨ ਦਾਸ ਜੀ ਵੀ ਕਰਤਾਰਪੁਰ ਵਾਲੇ ਹਾਜ਼ਰੀ ਭਰ ਰਹੇਗਾ। ਸਾਧ ਸੰਗਤ ਦੇ ਜੋ ਸਮਾਗਮ ਹੈ ਆਪਾਂ ਸਾਰੇ ਤਾਂ ਜਾਂਦੇ ਗਾ, ਆਵਾਜ਼ ਇੰਨੀ ਠੀਕ ਨਹੀਂ ਸਾਊਂਡ ਦੀ, ਆਪਾਂ ਸਾਰੇ ਆਉਂਦੇ ਗਾ, ਮੱਥਾ ਟੇਕ ਆਈਏ, ਨਮਸਕਾਰ ਕਰੇ ਆਈਏ, ਪਰ ਜਿਹਦਾ ਪਿਆਰਾ ਵਿਛੜਿਆ ਹੋਵੇ, ਜਿਹਨੂੰ ਵਿਛੋੜਾ ਪਿਆ ਹੋਵੇ, ਸਾਧ ਸੰਗਤ ਜਿਹਨੇ ਉਹਦੀ ਬੁੱਕਲ ਦਾ ਆਨੰਦ ਮਾਣਿਆ ਹੋਵੇ, ਉਹਦੇ ਚਰਨਾਂ ਦਾ ਆਨੰਦ ਮਾਣਿਆ ਹੋਵੇ, ਜਦੋਂ ਬਰਸੀ ਆਉਂਦੀ ਹੈ ਨਾ, ਬਰਸੀ ਉਹਨਾਂ ਵਾਸਤੇ ਬਰਸੀ ਨਹੀਂ ਹੁੰਦੀ, ਬਰਛੀ ਹੁੰਦੀ ਹੈ, ਜਿਹੜੀ ਸੀਨੇ ਵਿੱਚ ਵੱਜਦੀ ਹੈ ਅੰਦਰਾਂ ਵੀ ਬਾਹਰ ਕੱਢ ਲੈਂਦੀ ਹੈ, ਉਹਨਾਂ ਵਾਸਤੇ ਬਰਸੀ ਨਹੀਂ ਬਰਛੀ ਹੋਇਆ ਕਰਦੀ ਹੈ। ਸਾਧ ਸੰਗਤ ਆਹ ਦਿਨ ਉਹਨਾਂ ਨੂੰ ਉਹ ਸਾਰਾ ਸੀਨ ਯਾਦ ਆ ਜਾਂਦਾ ਹੈ, ਕਿਵੇਂ ਮਹਾਰਾਜ ਜੀ ਨੇ ਆਪਣੇ ਮੁੱਖ ਤੋਂ ਬਚਨ ਕੀਤੇ ਕਿ ਅਸੀਂ ਇਸ ਤਰੀਕ ਨੂੰ ਚਲੇ ਜਾਣਾ ਹੈ, ਸਾਨੂੰ ਦਰਗਾਹ ਦਾ ਹੁਕਮ ਆ ਗਿਆ, ਅਕਾਲ ਪੁਰਖ ਦਾ ਸੱਦਾ ਆ ਗਿਆ, ਅਸੀਂ ਤਿਆਰੀ ਕਰ ਲਈ ਹੈ, ਅਸੀਂ ਜਾਣ ਵਾਸਤੇ ਤਿਆਰ ਹਾਂ। ਹੁਣ ਸਾਧ ਸੰਗਤ ਜਿਹੜੇ ਆਨੰਦ ਮਾਣਦੇ ਸੀ, ਜਿਨ੍ਹਾਂ ਦਾ ਦਰਸ਼ਨ ਕਰਕੇ ਦਿਨ ਚੜ੍ਹਦਾ ਸੀ, ਦਰਸ਼ਨ ਕਰਕੇ ਹੀ ਰਾਤ ਹੁੰਦੀ ਸੀ, ਜ਼ਿੰਦਗੀ ਦਾ ਕੋਈ ਫੈਸਲਾ ਲੈਣਾ ਹੁੰਦਾ, ਘਰ ਦੇ ਵਿੱਚ ਕੋਈ ਵਸਤੂ ਖਰੀਦਣੀ ਹੁੰਦੀ, ਉਹਨਾਂ ਦੀ ਆਗਿਆ ਤੋਂ ਬਿਨਾਂ ਕੋਈ ਵਸਤੂ ਤੱਕ ਵੀ ਨਹੀਂ ਸੀ ਆਉਂਦੀ। ਅੱਜ ਜਦੋਂ ਸਾਧ ਸੰਗਤ ਤੋਂ ਜਾਂਦੇ ਹਨ ਜਾਂ ਜਾਣ ਦਾ ਸੱਦਾ ਦਿੰਦੇ ਹਨ ਕਿ ਸੱਜਣੋ ਸਾਨੂੰ ਸੱਦਾ ਅਕਾਲ ਪੁਰਖ ਵਾਹਿਗੁਰੂ ਦਾ ਆ ਗਿਆ, ਅਸੀਂ ਜਾ ਰਹੇ ਹਾਂ, ਉਹਨਾਂ ਵਾਸਤੇ ਬਰਸੀ ਨਹੀਂ, ਉਹਨਾਂ ਵਾਸਤੇ ਤਾਂ ਦਰਦ ਹੀ ਦਰਦ ਹੈ, ਇੱਕ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਸਾਧ ਸੰਗਤ ਅੱਜ ਸਤਿਗੁਰਾਂ ਦਾ ਇੱਕ ਪਰਮ ਪਿਆਰਾ ਸਿੱਖ ਭਾਈ ਜਗਤਾ, ਇੰਨਾ ਜ਼ਿਆਦਾ ਜਸ ਸੁਣਿਆ ਕਲਗੀਆਂ ਵਾਲੇ ਪਾਤਸ਼ਾਹ ਦਾ, ਇੰਨੀ ਮਹਿਮਾ, ਇੰਨੀ ਵਡਿਆਈ, ਇੰਨਾ ਜਸ ਸੁਣਿਆ, ਚਿੱਤ ਕਰਦਾ ਹੈ ਐਸੇ ਗੁਰੂ ਨੂੰ ਜਾ ਕੇ ਮਿਲੀਏ, ਐਸੇ ਗੁਰੂ ਦੇ ਜਾ ਕੇ ਦੀਦਾਰ ਕਰੀਏ। ਹੁਣ ਸਾਧ ਸੰਗਤ ਤੋਂ ਰੋਜ਼ ਮਨ ਵਿੱਚ ਸੋਚਦਾ ਹੈ, ਉੱਡ ਕੇ ਗੁਰਾਂ ਨੂੰ ਮਿਲ ਲਾ ਜੇ ਖੰਭ ਵਿਕਦੇ ਗੁਣ, ਉੱਡ ਕੇ ਗੁਰਾਂ ਨੂੰ ਮਿਲ ਲਾ ਜੇ ਖੰਭ ਵਿਕਦੇ ਗੁਣ, ਉੱਠ ਕੇ ਗੁਰਾਂ ਨੂੰ ਮਿਲ ਲਾ ਜੇ ਖੰਭ ਵਿਕਦੇ ਹੋਣ ਬਜਾਰੇ, ਉੱਠ ਕੇ ਗੁਰਾਂ ਨੂੰ ਮਿਲ ਲਾ ਜੇ ਖੰਭ ਵਿਕਦੇ ਹੋਣ ਬਜਾਰੀ, ਉੱਠ ਕੇ ਗੁਰਾਂ ਨੂੰ ਮਿਲ ਲਾ ਜੇ
ਖੰਭ ਵਿਕਦੇ ਹੋਣ ਬਜਾਰੀ ਉੱਠ ਕੇ ਗੁਰਾਂ ਨੂੰ ਮਿਲਣਾ ਜੇ ਖੰਭ ਵਿਕਦੇ ਹੋਣ ਬਜਾਰੀ ਰੋਜ਼ ਸੁਣਦਾ ਕਲਗੀਆਂ ਵਾਲੇ ਦੀ ਮਹਿਮਾ ਕਲਗੀਆਂ ਵਾਲੇ ਦਾ ਜਸ ਵਡਿਆਈ ਰੋਜ਼ ਸੁਣਦਾ ਕਹਿ ਸਾਧ ਸੰਗਤ ਕਿਸੇ ਪ੍ਰੇਮੀ ਨੇ ਗਿਆਨ ਕਰਵਾਇਆ ਜੇ ਰੱਬ ਮੰਨਦਾ ਨਾ ਹੋਵੇ ਪੈਰਾਂ 'ਚ ਘੁੰਗਰੂ ਪਾ ਕੇ ਨੱਚ ਲਵੇ ਉਹ ਗੁਰੂ ਮੰਨ ਜਾਂਦਾ ਹੁੰਦਾ ਕਹਿ ਇਹਨੇ ਪੈਰਾਂ ਵਿੱਚ ਘੁੰਗਰੂ ਬੰਨ ਕੇ ਨੱਚਣਾ ਸ਼ੁਰੂ ਕਰ ਦਿੱਤਾ ਕਿਸੇ ਰੱਬ ਦੇ ਪਿਆਰੇ ਨੇ ਗਿਆਨ ਕਰਾਤਾ ਉਹ ਨਾਲ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰ ਇਹਨੇ ਪਾਠ ਕਰਨਾ ਸ਼ੁਰੂ ਕਰਤਾ ਨਾਲੇ ਸੁਖਮਨੀ ਸਾਹਿਬ ਪੜ੍ਹਦਾ ਹੈ ਨਾਲੇ ਪੈਰਾਂ 'ਚ ਘੁੰਗਰੂ ਪਾ ਕੇ ਨੱਚਦਾ ਹੈ ਸਾਧ ਸੰਗਤ ਤੋਂ ਗੱਲ ਵੱਖ ਹੈ ਕਿ ਜਦੋਂ ਦੀਦਾਰ ਹੋਏ ਤਾਂ ਸਤਿਗੁਰਾਂ ਨੇ ਫਿਰ ਇਹਦੇ ਘੁੰਗਰੂ ਉਤਰਵਾ ਦਿੱਤੇ ਸੀ ਉਹ ਬਾਅਦ ਦੀ ਗੱਲ ਹੈ ਹੁਣ ਸਾਧ ਸੰਗਤ ਇਹਦੇ ਮਨ ਵਿੱਚ ਚਾਹੋ ਕਿ ਮੈਂ ਗੁਰੂ ਨੂੰ ਖੁਸ਼ ਕਿੱਦਾਂ ਕਰਾਂ ਇਹਨੇ ਲੰਗਰ ਲਗਾ ਦਿੱਤਾ ਜਿਤਨੀਆਂ ਸੰਗਤਾਂ ਲੰਘਦੀਆਂ ਨੇ ਅਨੰਦਪੁਰ ਸਾਹਿਬ ਵੱਲ ਨੂੰ ਸਾਰਿਆਂ ਨੂੰ ਸਾਧ ਸੰਗਤ ਗੁਰੂ ਕਾ ਲੰਗਰ ਛਕਾਉਂਦਾ ਹੈ ਔਰ ਨਾਲੇ ਸਾਧ ਸੰਗਤ ਕਹਿ ਦਿੰਦਾ ਹੈ ਕਿ ਆਹ ਜਿਹੜਾ ਤੁਸੀਂ ਜਲ ਪਾਣੀ ਛਕਦੇ ਹੋ ਇਹ ਮੈਂ ਨਹੀਂ ਛਕਾ ਰਿਹਾ ਇਹ ਤੁਸੀਂ ਕਲਗੀਆਂ ਵਾਲੇ ਪਾਤਸ਼ਾਹ ਨੂੰ ਜਾ ਕੇ ਦੱਸ ਦਿਓ ਕਿ ਕਿਰਪਾ ਕਰਕੇ ਮਹਾਰਾਜ ਆਪਦੇ ਪਿਆਰੇ ਨੂੰ ਨਿਗਾਹ ਕੇਟ ਰੱਖਿਓ ਦ੍ਰਿਸ਼ਟੀ ਪਾ ਕੇ ਰੱਖਿਓ ਤੁਸੀਂ ਜਾ ਕੇ ਦੱਸ ਦਿਓ ਹੁਣ ਜਿਹੜੀ ਸੰਗਤ ਜਾਂਦੀ ਹੈ ਨਾ ਜਦੋਂ ਸਾਧ ਸੰਗਤ ਮੈਂ ਬਾਹਰੋਂ ਆਇਆ ਸੀ ਵਿਦੇਸ਼ ਤੋਂ ਮੈਂ ਇੱਥੇ ਦੀ ਮਹਿਮਾ ਅੰਤਾਂ ਦੀ ਸੁਣੀ ਕਿਉਂਕਿ ਮੈਂ ਛੋਟਾ ਹੁੰਦਾ ਮਹਾਰਾਜ ਜੀ ਦੇ ਦੀਵਾਨ ਇੱਥੇ ਸੁਣਦਾ ਰਿਹਾ ਬਾਬਾ ਮੋਹਨ ਜੀਆਂ ਦੇ ਨਾਲ ਮੁਕੰਦਪੁਰ ਵਾਲਿਆਂ ਦੇ ਨਾਲ ਆਉਣਾ ਕਾਫੀ ਸਾਰੇ ਸਿੰਘ ਹੁੰਦੇ ਸੀ ਮੁਕੰਦਪੁਰ ਤੋਂ ਅਸੀਂ ਸੇਵਾ ਕਰਨ ਆਉਂਦੇ ਹੁੰਦੇ ਘਲੋਟੀ ਤੋਂ ਸਿੰਘ ਸੀ ਮੁਕੰਦਪੁਰ ਤੋਂ ਹਰਜੀਤ ਸਿੰਘ ਹੁਣੇ ਹੁੰਦੇ ਸੀ ਉਹ ਤਾਂ ਹੁਣ ਤੱਕ ਵੀ ਜੁੜੇ ਹੋਏ ਹਨ
ਸਾਧ ਸੰਗਤ ਅਸੀਂ ਆਉਣਾ ਇੱਥੇ ਬਹਿ ਕੇ ਸੁਣਨਾ ਤੇ ਮੈਂ ਸੁਨੇਹਾ ਦੇਣਾ ਵੀ ਉਸ ਸਟੇਜ ਤੇ ਇੰਨੇ ਸਾਧੂ ਆਉਂਦੇ ਨੇ ਮੈਂ ਲਾਈਵ ਸੁਣਦਾ ਕੋਈ ਮੇਰੀ ਚਿੱਠੀ ਸ਼੍ਰੀ ਹਜ਼ੂਰ ਮਹਾਰਾਜ ਦੇ ਚਰਣਾਂ ਦੇ ਵਿੱਚ ਵੀ ਭਿਜਵਾ ਦਿਓ ਸ਼੍ਰੀ ਹਜ਼ੂਰ ਮਹਾਰਾਜ ਮੈਨੂੰ ਗਰੀਬੜੇ ਨੂੰ ਵੀ ਯਾਦ ਕਰ ਲੈਣ ਕਈ ਚਿੱਠੀਆਂ ਭੇਜੀਆਂ ਪਰ ਇੱਕ ਦਿਨ ਮੇਰਾ ਐਸਾ ਕਰਮ ਜਾਗਿਆ ਬੱਲੋਵਾਲ ਸਮਾਗਮ ਸੀ ਭੂਰੀ ਵਾਲੇ ਮਹਾਰਾਜ ਜੀ ਨੇ ਜਾਣਾ ਸੀ ਧੰਨ ਧੰਨ ਸਵਾਮੀ ਸ਼ੰਕਰਾਨੰਦ ਜੀ ਮਹਾਰਾਜ ਮੈਨੂੰ ਕਹਿੰਦੇ ਤੁਸੀਂ ਜਾ ਆਇਓ ਉੱਥੇ ਅਸੀਂ ਅੱਜ ਸਿਹਤ ਕਰਕੇ ਠੀਕ ਨਹੀਂ ਜਦੋਂ ਉੱਥੇ ਗਏ ਉੱਥੇ ਸ਼੍ਰੀ ਹਜ਼ੂਰ ਸ਼੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ ਮਹਾਂਪੁਰਸ਼ ਸੰਗਤਾਂ ਨੂੰ ਦੀਦਾਰ ਦੇ ਰਹੇ ਸਨ ਜਿਹੜੀਆਂ ਸੰਗਤਾਂ ਨੇ ਮੈਨੂੰ ਦੱਸਿਆ ਸੀ ਕਿ ਮਹਾਂਪੁਰਖ ਤਾਂ ਬਹੁਤ ਸਖਤ ਸੁਭਾਅ ਦੇ ਨੇ ਮੱਥੇ ਨਾ ਲੱਗ ਜਿਓ ਪਰੇ ਪਰੇ ਰਿਹੋ ਉਹ ਮੈਂ ਬਾਹਰ ਹੀ ਬਹਿ ਗਿਆ ਜਥੇ ਸਮੇਤ ਮਹਾਰਾਜ ਜੀ ਕਹਿੰਦੇ ਕਮਾਲ ਹੋ ਗਈ ਸੰਤ ਆਏ ਨੇ ਅੰਦਰ ਬੁਲਾਓ ਸਾਧ ਸੰਗਤ ਜਦੋਂ ਮੈਨੂੰ ਕੋਲ ਬੁਲਾਇਆ ਨਾ ਮੈਂ ਫਤਿਹ ਬੁਲਾ ਕੇ ਹੋਰ ਨੇ ਕੁਝ ਕਿਹਾ ਮੈਂ ਕਿਹਾ ਮਹਾਰਾਜ ਜੀ ਤੁਹਾਤੋਂ ਡਰ ਬੜਾ ਲੱਗਦਾ ਹੈ ਕਿਉਂਕਿ ਜਿੰਨੇ ਪ੍ਰੇਮੀਆਂ ਨੇ ਮੈਨੂੰ ਦੱਸਿਆ ਇਹ ਦੱਸਿਆ ਕਿ ਬਹੁਤ ਸਖਤ ਨੇ ਪਰੇ ਰਿਹਾ ਕਰੋ ਪਰ ਮਹਾਰਾਜ ਮੇਰਾ ਮਨ ਬੜਾ ਕਰਦਾ ਹੈ ਕਿ ਮੈਂ ਰਾਮਸਰ ਆਸ਼ਰਮ ਦੇ ਵਿੱਚ ਜਾ ਕੇ ਨਤਮਸਤਕ ਹੋਵਾਂ ਮੇਰੇ ਸ਼ਹਿਨਸ਼ਾਹ ਸ਼੍ਰੀ ਹਜ਼ੂਰ ਮਹਾਰਾਜ ਸ਼੍ਰੀਮਾਨ ਸੰਤ ਬਾਬਾ ਮਹਿੰਦਰ ਸਿੰਘ ਮਹਾਰਾਜ ਦੀ ਉਸਤਤ ਕਰਾਂ ਬੜੀਆਂ ਚਿੱਠੀਆਂ ਪਾਈਆਂ ਸਾਧ ਸੰਗਤ ਮੇਰੇ ਆ ਸਾਖੀ ਯਾਦ ਆ ਗਈ ਉਦੋਂ ਉਦੋਂ ਮੈਂ ਸੋਚਿਆ ਜਦੋਂ ਯਾਦ ਕਰਨਗੇ ਤਾਂ ਹੀ ਸੁਣਾਵਾਂਗਾ ਸਾਧ ਸੰਗਤ ਉਦੋਂ ਚਿੱਠੀਆਂ ਪਾਈਆਂ ਤੇ ਨਾਲ ਦੱਸਿਆ ਕਿ ਜਿਵੇਂ ਭਾਈ ਜਗਤਾ ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ ਸੀ ਨਾ ਕਹਿ ਦਿਓ ਮੇਰੇ ਸਤਿਗੁਰ ਨੂੰ ਕਰਦਾ ਯਾਦ ਪਿਆਰਾ ਕਹਿ ਦਿਓ ਮੇਰੇ ਸਤਿਗੁਰ ਨੂੰ ਕਰਦਾ ਯਾਦ ਪਿਆਰਾ ਤੇਰਾ ਸਤਿਗੁਰ ਨੂੰ ਕਰਦਾ ਯਾਦ ਪਿਆਰਾ ਤੇਰਾ ਕਹਿ ਦਿਓ ਮੇਰੇ ਸਤਿਗੁਰ ਨੂੰ ਕਰਦਾ ਯਾਦ ਪਿਆਰਾ ਤੇਰਾ ਜੋ ਮੇਰੇ ਸਤਿਗੁਰ ਨੂੰ ਕਰਦਾ ਯਾਦ ਪਿਆਰਾ ਤੇਰਾ ਜੋ ਮੇਰੇ ਸਤਿਗੁਰ ਨੂੰ ਕਰਦਾ ਯਾਦ ਯਾਦ ਪਿਆਰਾ ਤੇਰਾ ਮੈਂ ਜੋ ਮੇਰੇ ਸਤਿਗੁਰ ਨੂੰ
ਸਰਦਾ ਯਾਰ ਪਿਆਰਾ ਤੇਰਾ। ਸਾਧ ਸੰਗਤ ਜਦੋਂ ਸੰਗਤਾਂ ਨੂੰ ਸੁਨੇਹੇ ਦੇਣੇ ਵੀ ਜਾ ਕੇ ਕਲਗੀਆਂ ਵਾਲੇ ਨੂੰ ਕਹੋ ਮੇਰਾ ਚਿੱਤ ਬੜਾ ਕਰਦਾ ਤੇਰੇ ਦੀਦਾਰ ਕਰਨ ਵਾਸਤੇ। ਕਈ ਸੰਗਤਾਂ ਨੂੰ ਕਹਿਣਾ ਮੈਨੂੰ ਨਾਲ ਲੈ ਚੱਲੋ, ਉਹ ਕਲਗੀਆਂ ਵਾਲੇ ਦੇ ਦੀਦਾਰ ਕਰਵਾ ਦਿਆ ਜੇ। ਉਹਨਾਂ ਨੇ ਕਹਿਣਾ ਚੱਲਿਆ ਚੱਲ, ਉਹਨੇ ਕਹਿਣਾ ਮੇਰੀ ਇੱਕ ਸ਼ਰਤ ਹੈ, ਮੈਂ ਸਾਰੇ ਰਸਤੇ ਨੱਚਦੇ ਨਹੀਂ ਜਾਣਾ, ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਨਹੀਂ ਜਾਣਾ। ਜਿਵੇਂ ਅਸੀਂ ਉੱਥੋਂ ਆਉਣਾ ਟਰਾਲੀ ਦੇ ਵਿੱਚ ਆਉਣਾ ਇੱਥੇ ਸੇਵਾ ਕਰਨਾ, ਸਾਧ ਸੰਗਤ ਸਾਰੇ ਰਸਤੇ ਧਾਰਨਾ ਪੜ੍ਹਦਿਆਂ ਨੇ ਆਉਣਾ। ਜਦੋਂ ਇੱਥੇ ਨੇੜੇ ਜੇ ਆ ਜਾਂਦੇ ਸੀ ਨਾ ਫਿਰ ਅਸੀਂ ਧਾਰਨਾ ਪੜ੍ਹਦੇ ਹੁੰਦੇ ਸੀ। ਇਸ ਸਥਾਨ ਨੂੰ ਸਮਰਪਿਤ ਕੀ ਕਹਿੰਦੇ, ਹਾਂ ਉਬਾਸ਼ਨਾ ਫੁੱਲਾਂ ਦੀ ਆਵੇ ਸੱਚਖੰਡ ਨੇੜੇ ਆ ਗਿਆ, ਵਾਸ਼ਨਾ 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 ਫੁੱਲਾਂ ਦੀ ਆਵੇ ਸੱਚਖੰਡ ਨੇੜੇ ਆ ਗਿਆ। ਸਾਧ ਸੰਗਤ ਮੈਂ ਨੱਚਦੇ ਨਹੀਂ ਜਾਣਾ, ਘੁੰਗਰੂ ਪਾਏ ਨੇ ਪੈਰਾਂ 'ਚ। ਸੰਗਤ ਕਹਿੰਦੀ ਨਾ ਅਸੀਂ ਨਹੀਂ ਲੈ ਕੇ ਜਾ ਸਕਦੇ, ਤੂੰ ਤਾਂ ਨੱਚਦਾ ਨੱਚਦਾ ਕਦੋਂ ਪਹੁੰਚੇਗਾ, ਅਸੀਂ ਤਾਂ ਜਾਨੂ ਵਾਪਸ ਮੁੜ ਆਵਾਂਗੇ, ਘਰ ਦੇ ਕੰਮ ਬੜੇ ਕਰਨੇ ਨੇ। ਸਾਧ ਸੰਗਤ ਸੰਗਤ ਨੇ ਜਾ ਕੇ ਸੁਨੇਹੇ ਦੇਣੇ, ਕਲਗੀਆਂ ਵਾਲਿਆ ਤੈਨੂੰ ਯਾਦ ਬੜਾ ਕਰਦਾ। ਸਤਿਗੁਰਾਂ ਨੇ ਕਹਿਣਾ ਜਾ ਕੇ ਕਹਿ ਦਿਓ ਮੇਰੇ ਉਸ ਪਿਆਰੇ ਜਗਤੇ ਨੂੰ, ਓਹੋ ਉਹਨੂੰ ਪਿਆਰ ਨਾਲ ਸਮਝਾ ਦਿਓ ਕਿ ਤੇਰਾ ਸੁਨੇਹਾ ਸਾਨੂੰ ਮਿਲ ਗਿਆ, ਰਹਿਣਾ ਦਿਲ ਵਿੱਚ ਮੇਰੇ ਵੇ ਤੇਰੇ ਦਿਲ ਵਿੱਚ ਵਾਸਾ ਮੇਰਾ, ਦਿਲ ਵਿੱਚ ਮੇਰੇ ਵੇ ਤੇਰੇ ਦਿਲ ਵਿੱਚ ਵਾਸਾ ਮੇਰਾ, ਦਿਲ ਵਿੱਚ ਮੇਰੇ ਵੇ ਤੇਰੇ ਦਿਲ ਵਿੱਚ ਵਾਸਾ ਮੇਰਾ, ਰਹਿਣਾ ਦਿਲ ਵਿੱਚ ਮੇਰੇ ਮੇਰੇ ਦਿਲ ਵਿੱਚ ਵਾਸਾ ਮੇਰਾ, ਦਿਲ ਵਿੱਚ ਮੇਰੇ ਵੇ ਮੇਰੇ ਦਿਲ ਵਿੱਚ ਵਾਸਾ ਮੇਰਾ, ਦਿਲ ਵਿੱਚ ਮੇਰੇ ਵੇ ਮੇਰੇ ਦਿਲ ਵਿੱਚ ਵਾਸਾ ਤੇਰਾ। ਸਾਧ ਸੰਗਤ ਨੇ ਸੁਨੇਹਾ ਭੇਜਿਆ ਸੀ ਕਹਿ ਦਿਓ ਮੇਰੇ ਸਤਿਗੁਰ ਨੂੰ ਕਰਦਾ ਯਾਦ ਪਿਆਰਾ ਤੇਰਾ। ਕਲਗੀਆਂ ਵਾਲੇ ਕਹਿੰਦੇ ਜਾ ਕੇ ਕਹਿ ਦਿਓ ਰਹਿਣਾ ਦਿਲ ਵਿੱਚ ਮੇਰੇ ਵੇ ਤੇਰੇ ਦਿਲ ਵਿੱਚ ਵਾਸਾ ਮੇਰਾ। ਸਾਧ ਸੰਗਤ ਹੁਣ ਖਿੱਚ ਵੱਧ ਗਈ ਜਦੋਂ ਪਤਾ ਲੱਗੇ ਮੇਰਾ ਪਿਆਰਾ ਮੈਨੂੰ ਪਿਆਰ ਕਰਦਾ, ਮੈਂ ਵੀ ਉਹਨੂੰ ਪਿਆਰ ਕਰਦਾ, ਮੇਰੇ ਗੁਰੂ ਨੂੰ ਮੇਰੇ ਮੁਰਸ਼ਦ ਨੂੰ
ਮੇਰੇ ਸਿਰ ਦੇ ਸਾਈ ਨੂੰ ਫਿਰ ਪਿਆਰ ਤੇ ਖਿੱਚ ਵੱਧ ਜਾਂਦੀ ਹੁੰਦੀ ਹੈ। ਸਾਧ ਸੰਗਤ ਅੱਜ ਇੱਕ ਜਥਾ ਕਹਿੰਦਾ ਚੱਲ ਸਾਡੇ ਨਾਲ, ਜਿੰਨਾ ਮਰਜ਼ੀ ਟਾਈਮ ਲੱਗ ਜਾਏ ਅਸੀਂ ਤੈਨੂੰ ਨਾਲ ਹੀ ਲੈ ਕੇ ਜਾਵਾਂਗੇ। ਚਲੇ ਗਏ ਸਾਧ ਸੰਗਤ, ਬਹੁਤ ਦਿਨ ਲੱਗ ਗਏ। ਉਹ ਕਲਗੀਆਂ ਵਾਲੇ ਦਾ ਅਤਿਅੰਤ ਸੁੰਦਰ ਤਖ਼ਤ ਲੱਗਿਆ ਗਿਆ, ਇਹ ਗਿਆ ਜਾ ਕੇ ਸਾਧ ਸੰਗਤ ਮਹਿਮਾ ਗਾਉਂਦਾ ਜਸ ਗਾਉਂਦਾ, ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ, ਜੋ ਵੀ ਕੁਝ ਮਿਲ ਜੇ ਮੈਨੂੰ ਝੋਲੀ ਵਿੱਚ ਪਾਈ ਜਾਵਾਂ। ਸਾਧ ਸੰਗਤ ਜਦੋਂ ਗਿਆ ਜਾ ਕੇ ਮੱਥਾ ਟੇਕਿਆ, ਸੱਚੇ ਪਾਤਸ਼ਾਹ ਕਹਿੰਦੇ ਜਗਤਿਆ ਆ ਗਿਆ, ਇੰਨਾ ਚਾਹ ਚੜ ਗਿਆ ਵੀ ਕਲਗੀਆਂ ਵਾਲੇ ਦੀ ਦ੍ਰਿਸ਼ਟੀ ਚ ਮੈਂ ਪਹਿਲਾਂ ਨਹੀਂ ਸੀ ਕਦੇ ਮਿਲਿਆ। ਸਾਧ ਸੰਗਤ ਭੱਜ ਕੇ ਜਾ ਕੇ ਮਾਰ ਕੇ ਛਾਲ ਕਲਗੀਆਂ ਵਾਲੇ ਦੀ ਬੁੱਕਲ ਚ ਬਹਿ ਗਿਆ। ਆਖੋ ਸਤਨਾਮ ਸ੍ਰੀ ਵਾਹਿ ਗੁਰੂ। ਸਾਧ ਸੰਗਤ ਸਾਰੀ ਸੰਗਤ ਵੇਖੇ ਇੰਨਾ ਵੀ ਪਿਆਰ ਕੋਈ ਕਰ ਸਕਦਾ, ਇੰਨਾ ਵੀ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਿਲਵਰ ਜਾਨੀ ਸਮਝ ਸਕਦਾ। ਉੱਥੇ ਸਤਸੰਗ ਨਫ਼ਰਤ ਕਰਨ ਵਾਲੇ ਵੀ ਚੇਤੂ ਮਸੰਦ ਵਰਗੇ ਰਹਿੰਦੇ ਸੀ, ਕਹਿੰਦੇ ਕਮਾਲ ਹੋ ਗਈ, ਅਸੀਂ ਇੰਨੇ ਇੰਨੇ ਸਾਲਾਂ ਦੇ ਰਹਿੰਦੇ ਹਾਂ, ਸਾਤੋਂ ਤਾਂ ਮੱਥਾ ਤੱਕ ਨਹੀਂ ਟੇਕਿਆ ਗਿਆ, ਦੂਰੀ ਨਮਸਕਾਰ ਕਰਕੇ ਮੁੜ ਜਾਂਦੇ ਹਾਂ। ਇਹ ਭੱਜ ਕੇ ਜਾ ਕੇ ਗੁਰੂ ਦੀ ਬੁੱਕਲ ਵਿੱਚ ਬਹਿ ਗਿਆ, ਸੱਚੇ ਪਾਤਸ਼ਾਹ ਉਹਦੇ ਸਿਰ ਤੇ ਹੱਥ ਫੇਰ ਰਹੇ ਨੇ, ਕਹਿੰਦੇ ਅੱਖਾਂ ਖੋਲ, ਕੀ ਗੱਲ ਕਰਨੀ ਚਾਹੁੰਦੇ ਕਰ ਸਾਡੇ ਨਾਲ। ਕਹਿੰਦਾ ਆ ਅੱਖਾਂ ਨਹੀਂ ਖੋਲਣੀਆਂ, ਆ ਅੱਖਾਂ ਨਹੀਂ ਖੋਲਣੀਆਂ ਮਹਾਰਾਜ, ਮੇਰੇ ਖਿਰਦੇ ਦੀਆਂ ਅੱਖਾਂ ਖੋਲੋ। ਕੀ ਕਹਿੰਦਾ, ਤੇਰੇ ਰਾਜ ਰਾਜ ਦਰਸ਼ਨ ਰਾਜ ਦਰਸ਼ਨ ਪਾਵਾ, ਇੱਕ ਵਾਰੀ ਖੋਲ ਅੱਖੀਆਂ, ਰਾਜ ਰਾਜ ਦਰਸ਼ਨ ਪਾਵਾ, ਇੱਕ ਵਾਰੀ ਖੋਲ ਅੱਖੀਆਂ ਤੇਰੇ, ਰਾਜ ਰਾਜ ਦਰਸ਼ਨ ਪਾਵਾ, ਇੱਕ ਵਾਰੀ ਖੋਲ ਅੱਖੀਆਂ, ਇੱਕ ਵਾਰੀ ਖੋਲ ਅੱਖੀਆਂ ਤੇਰੇ ਰਾਜ ਰਾਜ ਦਰਸ਼ਨ ਪਾਵਾ, ਇੱਕ ਵਾਰੀ ਖੋਲ ਅੱਖੀਆਂ ਤੇਰੇ ਰਾਜ ਰਾਜ ਦਰਸ਼ਨ ਪਾਵਾ, ਇੱਕ ਵਾਰੀ ਖੋਲ ਅੱਖੀਆਂ ਤੇਰੇ ਰਾਜ ਰਾਜ ਦਰਸ਼ਨ ਪਾਵਾ, ਇੱਕ ਵਾਰੀ ਖੋਲ ਅੱਖੀਆਂ ਤੇਰੇ ਰਾਜ ਰਾਜ ਦਰਸ਼ਨ ਪਾਵਾ, ਇੱਕ
ਤੇਰੇ ਰਾਜ ਰਾਜ ਦਰਸ਼ਨ ਪਾਵਾਂ ਇੱਕ ਵਾਰ ਖੋਲ ਰੱਖੀਆਂ ਰਾਜ ਰਾਜ ਦਰਸ਼ਨ ਪਾਵਾਂ ਤੇਰੇ ਰਾਜ ਰਾਜ ਦਰਸ਼ਨ ਪਾਵਾਂ ਸਤਿਗੁਰ ਤੇਰੇ ਤੋਂ ਬਿਨਾਂ ਕੀ ਕਰਾਂ ਤੇ ਕਿੱਧਰ ਨੂੰ ਜਾਵਾਂ ਸਾਧ ਸੰਗਤ ਬੇਨਤੀਆਂ ਕਰਦਾ ਹੈ ਸਤਿਗੁਰਾਂ ਨੇ ਪ੍ਰੇਮਾ ਭਗਤੀ ਦੀ ਦਾਤ ਦੇ ਕੇ ਜਦੋਂ ਬੁੱਕਲ ਚੋਂ ਉਤਾਰਿਆ ਬਚਨ ਕਰਤਾ ਪੰਜ ਸੱਤ ਦਸ ਦਿਨ ਰਹਿ ਕੇ ਜਾਇਓ ਅੱਜੇ ਹੀ ਨਾ ਵਾਪਸ ਮੁੜ ਜਾਇਓ ਸਤ ਵਚਨ ਕਹਿ ਦਿੱਤਾ ਸਾਧ ਸੰਗਤ ਵਿਰੋਧੀ ਕਹਿੰਦੇ ਸਾਡੇ ਨਾਲ ਪਿਆਰ ਨਹੀਂ ਕੀਤਾ ਇਹਦੇ ਨਾਲ ਇੰਨਾ ਪਿਆਰ ਕੀਤਾ ਇੱਕ ਦਿਨ ਰਾਤ ਨੂੰ ਭਾਈ ਜਗਤ ਨੂੰ ਉਠਾ ਕੇ ਲੈ ਗਏ ਬਾਹਰ ਨੂੰ ਕਿਤੇ ਜਿਹੜੇ ਵਿਰੋਧੀ ਸੀ ਸਾਧ ਸੰਗਤ ਦੂਰ ਲਿਜਾ ਕੇ ਕੁੱਟ ਮਾਰ ਕਰਕੇ ਇੰਨਾ ਕੁ ਕੁੱਟਿਆ ਕਿ ਆਪ ਤੁਰ ਨਹੀਂ ਸੀ ਸਕਦਾ ਬਾਹਰ ਹੀ ਸੁੱਟਿਆ ਏ ਉਹਨੂੰ ਉੱਥੇ ਪਿਆ ਧੰਨ ਕਲਗੀਆਂ ਵਾਲੇ ਧੰਨ ਕਲਗੀਆਂ ਵਾਲੇ ਦਾ ਜਾਪ ਕਰ ਰਿਹਾ ਹੈ ਸੰਗਤਾਂ ਆਈਆਂ ਕੋਈ ਪ੍ਰੇਮ ਵਾਲੀਆਂ ਦੀਦਾਰ ਕਰਨ ਸਤਿਗੁਰਾਂ ਦੇ ਦੇਖਿਆ ਤਾਂ ਉਹ ਹੈ ਜਿਹੜਾ ਦੋ ਦਿਨ ਪਹਿਲਾਂ ਸਤਿਗੁਰਾਂ ਦੀ ਬੁੱਕਲ 'ਚ ਬੈਠਾ ਸੀ ਅੱਜ ਵਿਚਾਰੇ ਐਡੀ ਦੂਰ ਕੁੱਟਿਆ ਮਾਰੇ ਇੱਥੇ ਸੁੱਟਿਆ ਪਿਆ ਕੌਣ ਹੈ ਜਿਹੜਾ ਇਹਨੂੰ ਕੁੱਟ ਕੇ ਮਾਰ ਕੇ ਐਡੀ ਦੂਰ ਸੁੱਟ ਗਿਆ ਕੌਣ ਹੋ ਸਕਦਾ ਹੈ ਇੰਨੀਆਂ ਸੱਟਾਂ ਵੱਜੀਆਂ ਇਹਦੇ ਸਾਧ ਸੰਗਤ ਨਾਲ ਲੈ ਲਿਆ ਕਲਗੀਆਂ ਵਾਲੇ ਦੇ ਕੋਲ ਲੈ ਆਏ ਓਹੋ ਸਾਧ ਸੰਗਤ ਜਦੋਂ ਕਲਗੀਆਂ ਵਾਲੇ ਦੇ ਕੋਲ ਆਏ ਮਹਾਰਾਜ ਉੱਠ ਕੇ ਖੜੇ ਹੋ ਗਏ ਰੋਹ ਵਿੱਚ ਜਲਾਲ ਵਿੱਚ ਆ ਗਏ ਮਹਾਰਾਜ ਕਹਿੰਦੇ ਤੂੰ ਤਾਂ ਮੈਂਡਾ ਮਾਹੀ ਹੈ ਨਾ ਕਿਉਂਕਿ ਜਿੱਦਣ ਪਹਿਲੇ ਦਿਨ ਆ ਕੇ ਮਿਲਿਆ ਸੀ ਕਲਗੀਆਂ ਵਾਲੇ ਨੂੰ ਕਿਹਾ ਸੀ ਉਹ ਮੈਂਡੇ ਮਾਹੀ ਤੇ ਕਲਗੀਆਂ ਵਾਲੇ ਨੇ ਵੀ ਕਿਹਾ ਸੀ ਹਾਂ ਮੈਂਡੇ ਮਾਹੀ ਇੰਨਾ ਪਿਆਰ ਇੱਕ ਦੂਜੇ ਚ ਅਭੇਦ ਹੋ ਚੁੱਕੇ ਸੀ ਪ੍ਰੇਮਾ ਭਗਤੀ ਕਰ ਕਰਕੇ ਸਾਧ ਸੰਗਤ ਕਹਿੰਦੇ ਹਾਂ ਤੇਰਾ ਹਾਲ ਕਿਹਨੇ ਕੀਤਾ ਬੁਲਾਓ ਸਾਰਿਆਂ ਨੂੰ ਹੁਣ ਸਾਰੇ ਬੁਲਾ ਕੇ ਸਾਹਮਣੇ ਖੜੇ ਕਰ ਦਿੱਤੇ ਕਹਿੰਦਾ ਸੱਚਿਆ ਪਾਤਸ਼ਾਹ ਆ ਜਿਤਨੇ ਤੂੰ ਦਿਖਾਏ ਨੇ ਨਾ ਮੈਂ ਇਹਨਾਂ ਚੋਂ ਕਿਸੇ ਦਾ ਨਾਂ ਨਹੀਂ ਲੈ ਸਕਦਾ ਜਿਹਨੇ ਮੈਨੂੰ ਕੁੱਟਿਆ ਤੇ ਮਾਰਿਆ ਉਹਦੇ ਪੱਗ ਵੀ ਬੰਨੀ ਹੋਈ ਸੀ ਦਸਤਾਰ ਉਹਦੇ ਮੁੱਖ ਤੇ ਦਾੜਾ ਵੀ ਸੀ ਮੁਸ਼ਾਇਰੇ ਵੀ ਸੀ ਚੋਲਾ ਵੀ ਪਾਇਆ ਸੀ ਮਹਾਰਾਜ ਮੈਨੂੰ ਤਾਂ ਇਹ ਲੱਗਦਾ ਤੂੰ ਹੀ ਸੀ ਪਹਿਲਾਂ ਪਿਆਰ ਕੀਤਾ ਫਿਰ ਪੇਪਰ ਵੀ ਪਾ ਦਿੱਤਾ ਸੱਚੇ ਪਾਤਸ਼ਾਹ ਕਹਿੰਦੇ ਨਾਂ ਲੈ ਇੱਕ ਵਾਰ ਕਿਹਨੇ ਤੇਰੇ ਨਾਲ ਇਸ ਤਰ੍ਹਾਂ ਕੀਤਾ ਕਹਿੰਦਾ ਨਾ ਮਹਾਰਾਜ ਜਿੱਧਰ ਦੇਖਾਂ ਮਾਲਕਾ ਤੂੰ ਹੀ ਦਿਸ
ਵਾਲੇ ਚੇਤੂ ਸੰਤ ਵਰਗਿਆਂ ਦਾ ਵੀ ਨਾਂ ਨਹੀਂ ਲਿਆ, ਕੇਵਲ ਪਿਆਰ ਹੀ ਪਿਆਰ, ਗੁਰੂ ਦਾ ਆਸ਼ੀਰਵਾਦ, ਸੱਚਾ ਪਾਤਸ਼ਾਹ ਤੂੰ ਹੀ ਪਿਆਰ ਕਰਨ ਵਾਲਾ, ਤੂੰ ਹੀ ਸਜ਼ਾ ਦੇਣ ਵਾਲਾ। ਸਾਧ ਸੰਗਤ ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ, ਜੇ ਬਖਸ਼ੇ ਤਾਂ ਗੁਰ ਵਡਿਆਈ। ਹਰ ਇੱਕ ਕੰਮ ਵਿੱਚ ਗੁਰੂ ਦੀ ਮਹਿਮਾ ਵਡਿਆਈ ਕਰਨੀ, ਬਸ ਦੋਈ ਹੱਥ ਜੋੜੇ, ਸਤਿਗੁਰਾਂ ਨੇ ਆਗਿਆ ਦਿੱਤੀ ਤੇ ਆਪਣਾ ਧਰਮ ਦਾ ਪ੍ਰਚਾਰਕ ਬਣਾ ਕੇ ਸਾਧ ਸੰਗਤ ਮੁਲਤਾਨ ਦੀ ਧਰਤੀ ਵੱਲ ਭੇਜ ਦਿੱਤਾ। ਅੱਜ ਸਾਧ ਸੰਗਤ ਆਪਾਂ ਸਾਰੇ ਸ਼੍ਰੀ ਹਜ਼ੂਰ ਮਹਾਰਾਜ ਸ਼ਹਿਨਸ਼ਾਹ ਸ਼੍ਰੀਮਾਨ ਸੰਤ ਬਾਬਾ ਮਹਿੰਦਰ ਸਿੰਘ ਜੀ ਮਹਾਰਾਜ ਇਹਨਾਂ ਦੀ 21ਵੀਂ ਯਾਦ ਵਿੱਚ ਬੈਠੇ ਹਾਂ। ਜੇ ਆਪਣਾ ਉਹਨਾਂ ਨਾਲ ਪਿਆਰ ਹੈ, ਦਿਲੋਂ ਲਗਾਓ ਹੈ, ਤਾਂ ਹੀ ਬੈਠੇ ਹਾਂ ਨਾ। ਘਰੇ ਬੈਠੇ ਵੀ ਉਹਨਾਂ ਦੇ ਸਰੂਪ ਦੇ ਅੱਗੇ ਅਰਦਾਸ ਕਰਦੇ ਹਾਂ। ਸਾਡੇ ਸਾਰੇ ਕਾਰਜ ਰਾਸ, ਸਾਨੂੰ ਸਮਾਗਮਾਂ 'ਤੇ ਆਉਣਾ ਚਾਹੀਦਾ। ਰੱਬ ਰੰਗੀਆਂ ਰੂਹਾਂ ਦੇ ਕਮਾਏ ਪ੍ਰਵਚਨ ਸੁਣ ਕੇ ਆਪੋ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ। ਮੇਰੇ 5 ਮਿੰਟ ਬਾਕੀ ਨੇ, ਮੈਂ ਆ ਇੱਕ ਵਸਤੂ ਪੜ੍ਹ ਕੇ ਨਾਲ ਹੀ ਖਿਮਾਂ ਦਾ ਜਾਚਕ ਹੋ ਜਾਣਾ। ਸਟੇਜ 'ਤੇ ਬੈਠੇ ਸਾਰੇ ਮਹਾਂਪੁਰਖਾਂ ਦੇ ਪਾਵਨ ਚਰਨਾਂ 'ਤੇ ਦਾਸ ਦਾ ਨਤਮਸਤਕ ਹੈ। ਹੋਈਆਂ ਗਲਤੀਆਂ ਮਾਫ਼ ਕਰਨੀਆਂ, ਅੱਜ ਆ ਇੱਕ ਹਾਜ਼ਰੀ ਉਪਰੰਤ ਦਾਸ ਖਿਮਾਂ ਦਾ ਜਾਚਕ ਹੈ। ਮੇਰੇ ਵਾਚਾਂ ਵਾਲੇ ਸ਼ਹਿਨਸ਼ਾਹ ਤੂੰ ਜੋਤ ਅਗੰਮੀ, ਵਾਚਾਂ ਵਾਲੇ ਸ਼ਹਿਨਸ਼ਾਹ ਤੂੰ ਜੋਤ ਅਗੰਮੀ, ਮੇਰੇ ਵਾਚਾਂ ਵਾਲੇ ਸ਼ਹਿਨਸ਼ਾਹ ਤੂੰ ਜੋਤ ਅਗੰਮੀ, ਵਾਚਾਂ ਵਾਲੇ ਸ਼ਹਿਨਸ਼ਾਹ ਤੂੰ ਜੋਤ ਅਗੰਮੀ। ਸਤ ਧਰਮ ਦੀ ਰੱਖ ਲਈ ਤੇ ਸਿਰਾਂ ਦੀ ਥੰਮੀ, ਧਰਮ ਦੀ ਰੱਖ ਲਈ ਤੇ ਸਿਰਾਂ ਦੀ ਥੰਮੀ, ਤੂੰ ਸਤ ਧਰਮ ਲਈ ਰੱਖ ਲਈ ਤੇ ਸਿਰਾਂ ਦੀ ਥੰਮੀ, ਸਤ ਧਰਮ ਲਈ ਰੱਖ ਲਈ ਤੇ ਸਿਰਾਂ ਦੀ ਥੰਮੀ। ਤੇਰੀ ਅਮਰ ਕਹਾਣੀ ਪਾਤਸ਼ਾਹ, ਤੇਰੀ ਅਮਰ ਕਹਾਣੀ, ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਲੰਮੀ, ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ, ਤੇਰੀ ਅਮਰ ਕਹਾਣੀ ਪਾਤਸ਼ਾਹ। ਅਮਰ ਕਹਾਣੀ ਪਾਤਸ਼ਾਹ ਹੈ ਬਹੁਤ ਹੀ ਲੰਮੀ, ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਐਸੀ ਮਾਂ ਨਾ ਜੰਮੀ, ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਐਸੀ ਮਾਂ ਨਾ ਜੰਮੀ, ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਐਸੀ ਮਾਂ ਨਾ ਜੰਮੀ, ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਐਸੀ ਮਾਂ ਨਾ ਜੰਮੀ, ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਐਸੀ ਮਾਂ ਨਾ ਜੰਮੀ, ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ ਐਸੀ ਮਾਂ ਨਾ ਜੰਮੀ, ਮਾਂ
ਸੰਗਤ ਬੋਲਦਿਆਂ ਤੋਂ ਵਿਚਾਰਾਂ ਕਰਦਿਆਂ ਤੋਂ ਪਤਾ ਹੀ ਕੋਈ ਨਹੀਂ ਕਿੰਨੀਆਂ ਕੁ ਗਲਤੀਆਂ ਹੋ ਗਈਆਂ। ਆਪ ਸਭ ਅਤਿਅੰਤ ਵਿਦਵਾਨ ਹੋ, ਕਿਰਪਾ ਕਰਕੇ ਬਖਸ਼ ਲੈਣਾ। ਗਲਤੀਆਂ ਭੁੱਲਾਂ ਨਾ ਚਿਤਾਰਨੀਆਂ, ਚਰਨਾਂ ਨਾਲ ਜੋੜ ਕੇ ਰੱਖਿਓ। ਇਵੇਂ ਕਿਵੇਂ ਮਹਾਂਪੁਰਖਾਂ ਦਾ, ਗੁਰੂ ਮਹਾਰਾਜ ਦਾ ਜਸ ਮਹਿਮਾ ਵਡਿਆਈ ਕਰਦੇ ਰਹੀਏ। ਸ਼੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ ਮਹਾਂਪੁਰਸ਼, ਸ਼੍ਰੀਮਾਨ ਸੰਤ ਬਾਬਾ ਗੁਰਦੀਪ ਸਿੰਘ ਜੀ ਮਹਾਂਪੁਰਸ਼, ਔਰ ਸਾਰੇ ਪ੍ਰਬੰਧਕ ਸੱਜਣ ਬਾਬਾ ਸੁਖਦੇਵ ਸਿੰਘ ਜੀ, ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਸਭ ਤੋਂ ਵੱਧ ਧੰਨਵਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜਿਨ੍ਹਾਂ ਨੇ ਅਪਰੰਪਾਰ ਕਿਰਪਾ ਕਰਕੇ ਆਪਾਂ ਸਾਰਿਆਂ ਨੂੰ ਆਪਣੇ ਚਰਣਾਂ ਵਿੱਚ ਬਿਠਾਇਆ। ਦੇਵੋ ਅਸੀਸ, ਬੁਲਾਓ ਫਤਿਹ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਮਲੇਸ਼ੀਆ ਕਾਂਗਸਾਂ ਵਾਲੇ, ਜਿਨ੍ਹਾਂ ਨੇ ਸਿੱਖ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ ਜੋੜਨਾ ਕੀਤਾ। ਮਹਾਂਪੁਰਖਾਂ ਵੱਲੋਂ, ਸਮੂਹ ਸੰਗਤਾਂ ਵੱਲੋਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ। ਸੋ ਮੈਂ ਬੇਨਤੀ ਕਰਾਂ ਸ਼੍ਰੀਮਾਨ ਸੰਤ ਬਾਬਾ ਹਰਦੇਵ ਸਿੰਘ ਜੀ ਚਮਕੌਰ ਸਾਹਿਬ ਵਾਲੇ, ਕਿ ਇਹਨਾਂ ਦਾ ਜੋ ਸਤਿਕਾਰ ਸਨਮਾਨ ਹੈ ਸੰਤ ਬਾਬਾ ਪ੍ਰਿਤਪਾਲ ਸਿੰਘ ਜੀਆਂ ਦਾ, ਉਹ ਕਰਨਗੇ ਜੀ। ਬੋਲੇ ਸੋ ਨਿਹਾਲ। ਸੋ ਹੁਣ ਸਮਾਂ ਵੀ ਸੰਤ ਬਾਬਾ ਹਰਦੇਵ ਸਿੰਘ ਜੀ ਸਿਰਥੜੇ ਵਾਲੇ, ਜਿਨ੍ਹਾਂ ਨੇ ਪੰਜਵੇਂ ਪਿਆਰੇ ਸਾਹਿਬ ਸਿੰਘ ਜੀ ਦੇ ਨਾਮ 'ਤੇ ਅਸਥਾਨ ਸਥਾਪਿਤ ਕੀਤਾ ਚਮਕੌਰ ਸਾਹਿਬ ਵਿਖੇ, ਉਹਨਾਂ ਦਾ ਸਮਾਂ ਹੈ ਠੀਕ ਅੱਧੇ ਘੰਟੇ ਵਾਸਤੇ ਆਪ ਜੀ ਨੂੰ ਗੁਰਬਾਣੀ ਵਿਚਾਰਾਂ ਰਾਹੀਂ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਜੋ